ਕੀ ਗੱਲ ਹੋਈ ਵੀਰੇ? ਇਹਦਾ ਮੂੰਹ ਦੇ ਉਹ ਯਾਰ ਬਾਈ ਕੀ ਗੱਲ ਹੋ ਗਈ? ਤੂੰ ਤੇ ਰੂਹ ਮਾਰਦਾ ਸੀ ਐਂਬੂਲੈਂਸ ਮੰਗਾਈ ਆ ਤੂੰ ਤੇ ਫਿਰ ਯਾਰ ਨਹੀਂ ਉਹੀ ਸਾਡਾ ਮੂੰਹ ਦਾਖਲਾ ਤੂੰ ਕੀ ਬਣਾਉਣਾ? ਹੈਲੋ ਕਿਹੜਾ ਵੇ ਬੱਚਾ ਕਿਹੜਾ ਕਾਹੀ ਆ? ਹੈਲੋ ਹੈਲੋ ਬਾਈ ਆ ਮੂੰਹ ਰੇ ਇਹਦਾ ਫੋਨ ਆ ਤੂੰ? ਹਾਂ ਉਹ ਯਾਰ ਬਾਈ ਆ ਨਾ ਕਿੱਦਾਂ ਯਾਰ? ਨਹੀਂ ਨਹੀਂ ਦੋ ਥੱਪੜਾ ਮਾਰੇ ਨੂੰ ਥੱਪੜਾ ਮਾਰੇ ਤੂੰ ਥੱਪੜਾ ਕਿਉਂ ਮਾਰੇ? ਤੂੰ ਗੱਲ ਕੀ ਕਿਹਨੇ ਮਾਰਿਆ ਵਾ? ਮੈਂ ਤੂੰ ਮਾਰੇ ਹਰੀ ਥੱਪੜਾ ਕਿਹਨੇ ਮਾਰਿਆ? ਮੈਂ ਕਿਹਨੇ ਮਾਰਿਆ ਯਾਰ? ਯਾਰ ਮਾਰਿਆ ਮਾਰੇ ਗੱਲ ਸੁਣ ਲਓ ਬਾਈ ਯਾਰ ਕੀ ਗੱਲ ਭਾਜੀ? ਇੱਕ ਮਿੰਟ ਭਾਜੀ ਮੇਰੀ ਗੱਲ ਮੇਰੀ ਗੱਲ ਜਦੋਂ ਮੈਂ ਕਹਿੰਦਾ ਮੇਰੀ ਗੱਲ ਤਾਂ ਸੁਣ ਨਹੀਂ ਤੂੰ ਰੋਜ਼ ਆ ਮਾਰਦਾ ਸੀ ਲੁਧਿਆਣੇ ਖੜੇ ਨੀ ਅਸੀਂ ਆਹ ਬੰਦਾ ਕੋਈ ਆਇਆ ਐਮਰਜੈਂਸੀ ਦੇ ਬਾਹਰ ਤੇ ਇਹਨਾਂ ਦੇ ਥੱਪੜ ਮਾਰਿਆ ਤੇ ਇਹ ਕੋਈ ਇੰਜੈਕਸ਼ਨ ਮੈਂ ਆਰਮੀ ਜਾਂ ਮੇਰੇ ਥੱਪੜ ਮਾਰ ਦੂੰ? ਮੈਂ ਕਿੱਥੇ ਮਾਰਿਆ ਯਾਰ ਕੌਣ ਆ ਇਹ ਤਾਂ ਦੱਸ ਮੇਰੀ ਕੋਲ ਹਸਪਤਾਲ ਦੇ ਵਿੱਚ ਇੱਕ ਐਂਬੂਲੈਂਸ ਦੇ ਚਾਲਕ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਦੱਸ ਦਈਏ ਕਿ ਇੱਕ ਮਰੀਜ਼ ਨੂੰ ਜਦੋਂ ਰੈਫਰ ਕੀਤਾ ਜਾ ਰਿਹਾ ਸੀ ਤਾਂ ਪਹਿਲਾਂ ਉਸਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹਸਪਤਾਲ ਦੇ ਵਿੱਚ ਹੰਗਾਮਾ ਕੀਤਾ ਜਾਂਦਾ ਹੈ ਅਤੇ ਹੰਗਾਮਾ ਕਰਨ ਤੋਂ ਬਾਅਦ ਐਂਬੂਲੈਂਸ ਚਾਲਕ ਦੇ ਨਾਲ ਪੂਰੇ ਤਰੀਕੇ ਦੀ ਕੁੱਟਮਾਰ ਕੀਤੀ ਗਈ ਹੈ। ਇਲਜ਼ਾਮ ਲੱਗੇ ਨੇ ਕਿ ਜੋ ਮਰੀਜ਼ ਦੇ ਪਰਿਵਾਰਕ ਮੈਂਬਰ ਸੀ ਉਹ ਸਾਰੇ ਹੀ ਨਸ਼ੇ ਦੇ ਵਿੱਚ ਧੁੱਤ ਸੀ ਅਤੇ ਨਸ਼ੇ ਦੇ ਵਿੱਚ ਹੀ ਉਹਨਾਂ ਨੇ ਐਂਬੂਲੈਂਸ ਚਾਲਕ ਦੇ ਨਾਲ ਕੁੱਟਮਾਰ ਕੀਤੀ ਹੈ ਅਤੇ ਮੌਕੇ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਐਂਬੂਲੈਂਸ ਦੇ ਚਾਲਕ ਦੇ ਨਾਲ ਦੋ ਲੋਕਾਂ ਦੇ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਹੈ, ਗਾਲਾਂ ਕੱਢੀਆਂ ਜਾ ਰਹੀਆਂ ਨੇ ਅਤੇ ਫਿਰ ਉਸ ਤੋਂ ਬਾਅਦ ਹੁਣ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਵੀ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਇਹ ਸਾਰਾ ਹੀ ਹੰਗਾਮਾ ਹੋਇਆ ਜਦੋਂ ਇੱਕ ਮਰੀਜ਼ ਨੂੰ ਰੈਫਰ ਕੀਤਾ ਜਾ ਰਿਹਾ ਸੀ, ਪਰਿਵਾਰਕ ਮੈਂਬਰਾਂ ਦੇ ਵੱਲੋਂ ਐਂਬੂਲੈਂਸ ਨੂੰ ਬੁਲਾਇਆ ਗਿਆ ਸੀ ਅਤੇ ਜਿਵੇਂ ਹੀ ਐਂਬੂਲੈਂਸ ਦਾ ਚਾਲਕ ਐਂਬੂਲੈਂਸ ਲੈ ਕੇ ਮੌਕੇ 'ਤੇ ਪਹੁੰਚਦਾ ਹੈ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਪਹਿਲਾਂ ਤਾਂ ਐਂਬੂਲੈਂਸ ਚਾਲਕ ਦੇ ਨਾਲ ਵੀ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਫਿਰ ਹਸਪਤਾਲ ਦੇ ਵਿੱਚ ਹੰਗਾਮਾ ਕੀਤਾ ਜਾਂਦਾ ਹੈ। ਹੁਣ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਨਾਮ ਜੀ ਭਵਨਜੋਤ ਸਿੰਘ ਹੈ ਜੀ, ਮੈਂ ਮੌਜੂਦਾ ਐਂਬੂਲੈਂਸ 108 ਸੀਨੀਅਰ ਅਧਿਕਾਰੀ ਹਾਂ ਲੁਧਿਆਣਾ ਸਾਰਾ ਕਲੱਸਟਰ। ਅੱਜ ਹੁਣ ਤੁਸੀਂ ਮੌਕੇ 'ਤੇ ਪਹੁੰਚੇ ਹੋ, ਕੀ ਹੋਇਆ ਕੀ ਹੈ? ਮੈਨੂੰ ਮੁੰਡਿਆਂ ਦੀ ਕਾਲ ਆਈ ਸੀ ਕਿ ਐਂ ਕਰਕੇ ਜੀ ਇੱਥੇ ਲੜਾਈ ਝਗੜਾ ਚੱਲਦਾ ਪਿਆ ਵਾ ਅਤੇ ਮੈਂ ਮੌਕੇ 'ਤੇ ਪਹੁੰਚ ਕੇ ਦੇਖਿਆ ਇੱਥੇ ਜਿਹੜਾ ਪਾਇਲਟ ਮੁੰਡਾ ਮੌਜੂਦ ਸੀਗਾ ਰਿੰਪਲਦੀਪ ਸਿੰਘ ਅਤੇ ਉਹਦੇ ਨਾਲ ਹੱਥੋਂ ਭਾਈ ਕਰ ਰਹੇ ਸੀ ਉਹ ਵਿਰਕਾ ਮਿਲਕ ਪਲਾਂਟ ਦੇ ਬੂਥ ਕੋਲੇ ਅਤੇ ਉਸ ਤੋਂ ਬਾਅਦ ਇੱਥੇ ਐਮਰਜੈਂਸੀ ਬਾਹਰ ਵੀ ਆ ਕੇ ਇਹਨਾਂ ਨੇ ਬੜਾ ਹੰਗਾਮਾ ਕੀਤਾ ਅਤੇ ਹੱਥੋਂ ਭਾਈ ਵੀ ਪਹਿਲਾਂ ਵੀ ਬੜੇ ਕੀਤੇ ਉਹਦੇ ਕੱਪੜੇ ਵੀ ਪੜ ਗਏ ਮੁੰਡੇ ਦੇ ਅਤੇ ਇੱਥੇ ਆ ਕੇ ਵੀ ਤੁਹਾਡੇ ਨਿਊਜ਼ ਰਿਪੋਰਟਰਾਂ ਨਾਲ ਵੀ ਇੱਥੇ ਵੀ ਬੜਾ ਉਹਨਾਂ ਨੇ ਮਿਸਬਿਹੇਵ ਕੀਤਾ, ਬੜੇ ਗਲਤ ਸ਼ਬਦਾਵਲੀ ਵੀ ਵਰਤੀ, ਗਾਲਾਂ ਵੀ ਬਹੁਤ ਕੱਢ ਰਹੇ ਸੀ ਉਹ ਅਤੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਵੱਲੋਂ ਮੌਕੇ ਦੇ ਜਿਹੜੇ ਮੁੰਡੇ ਸੀਗੇ ਦੋਨਾਂ ਵੱਲੋਂ ਲਿਖੇ ਗਏ ਲੈਟਰ, ਠੀਕ ਹੈ ਜੀ, ਹੁਣ ਅਸੀਂ ਪਹਿਲਾਂ ਜਾ ਕੇ ਇੱਥੇ ਇਹਨਾਂ ਦੇ ਟੈਸਟ ਕਰਾਵਾਂਗੇ, ਐਮਐਲਆਰ ਕਟਾਵਾਂਗੇ, ਉਸ ਤੋਂ ਬਾਅਦ ਅਸੀਂ ਥਾਣੇ ਜਾ ਕੇ ਵੀ ਰਿਪੋਰਟ ਕਰਾ ਕੇ ਆਵਾਂਗੇ ਅਤੇ ਜੋ ਬਣਦੀ ਕਾਰਵਾਈ ਆ ਸਾਨੂੰ ਉਹਦਾ ਇਨਸਾਫ ਚਾਹੀਦਾ, ਠੀਕ ਹੈ। ਕੱਲ੍ਹ ਨੂੰ ਕਿਤੇ ਹੋਰ ਵੀ ਘੇਰ ਕੇ ਜਾਂ ਕੁਛ ਵੀ ਕੁੱਟਮਾਰ ਹੁੰਦੀ ਹੈ ਤਾਂ ਉਹਦੇ ਉਹ ਕੋਈ ਜ਼ਿੰਮੇਵਾਰੀ ਨਹੀਂ ਲੈ ਸਕਦਾ ਨਾ, ਤਾਂ ਕਰਕੇ ਸਾਨੂੰ ਇਹ ਚਾਹੀਦਾ ਵੀ ਸਾਨੂੰ ਇਨਸਾਫ ਮਿਲੇ, ਜੇ ਨਹੀਂ ਮਿਲਿਆ ਜੀ ਅਸੀਂ ਹੜਤਾਲ ਕਰਾਂਗੇ ਇਸ ਚੀਜ਼ ਦੀ ਪੂਰੇ ਪੰਜਾਬ ਲੈਵਲ 'ਤੇ। ਸਾਰਾ ਸਿਵਲ ਹਸਪਤਾਲ ਦੇ ਅੰਦਰ ਹੋਈ ਹੈ, ਪਰ ਨਾਲ ਪਿੱਛੇ ਜਿੱਧਰ ਸਾਡਾ ਰੂਮ ਹੈ ਉੱਧਰ ਇੱਕ ਵੇਰਕਾ ਦਾ ਬੂਥ ਹੈ, ਮਤਲਬ ਜਿੱਦਾਂ ਮੁੰਡੇ ਨਾਲ ਹੱਥੋਂ ਪਾਈ ਕਰਨ ਲੱਗੇ ਤਾਂ ਮੁੰਡਾ ਉੱਧਰ ਨੂੰ ਆਪਣੇ ਰੂਮ ਵੱਲ ਨੂੰ ਦੌੜਨ ਲੱਗਾ ਤਾਂ ਪਿੱਛੋਂ ਜਾ ਕੇ ਇਹਨਾਂ ਉਹਦੇ ਫੜ ਲਿਆ ਅਤੇ ਉੱਥੇ ਜਾ ਕੇ ਉਹਦੇ ਕੱਪੜੇ ਫਾੜੇ ਔਰ ਉਹਨੂੰ ਕਾਫੀ ਕੁੱਟਿਆ ਮਾਰਿਆ। ਤੁਸੀਂ ਮਾਰਕੀਟ ਦੇ ਆਰੋਪ ਲਾ ਰਹੇ ਹੋ ਉਹਨਾਂ ਤੇ, ਉਹਦੀ ਕੋਈ ਵੀਡੀਓ ਵਗੈਰਾ ਵੀ? ਉਹੀ ਸਾਰਾ ਇੱਥੇ ਪ੍ਰੈਸ ਰਿਪੋਰਟਰ ਹਾਜ਼ਰ ਸੀ, ਉਹਨਾਂ ਮਤਲਬ ਕਿ ਕੁਝ ਕੈਪਚਰ ਕੀਤਾ ਹੈ ਤਾਂ ਜੋ ਵੀ ਹੋਇਆ ਆਪਣੇ ਮੀਡੀਆ ਤੋਂ ਮਿਲ ਜਾਏਗਾ, ਤਾਂ ਬਾਕੀ ਜੋ ਅੱਗੇ ਕਾਰਵਾਈ ਹੋਈ ਉਹ